ਜੇ ਆਪਣੇ ਗਵਾਂਢੀਆਂ ਦੀ ਵੀ ਕੋਈ ਮੌਤ ਹੋ ਜਾਏ ਆਪਾਂ ਦੀਵਾਲੀ ਨਹੀਂ ਮਨਾਉਂਦੇ ਅਤੇ ਫਿਰ ਰੱਖ ਲਾਂਗੇ। ਮੈਂ ਸਿਰਫ ਤੁਹਾਨੂੰ ਇਹੀ ਕਹਿਣ ਵਾਸਤੇ ਮਿਲਣ ਵਾਸਤੇ ਆਇਆ ਕਿ ਹਾਲਾਂਕਿ ਪ੍ਰੋਗਰਾਮ ਤਾਂ ਅੱਜ ਜਿਹੜਾ ਹੁੰਦਾ ਸੀ ਅਤੇ ਹੁਣ ਮੈਂ ਇੱਥੋਂ ਹੀ ਦਿੱਲੀ ਜਾਣਾ। ਕੱਲ੍ਹ ਨੂੰ ਸਹੁੰ ਚੁੱਕ ਸਮਾਗਮ ਹੈ, ਮੁੱਖ ਮੰਤਰੀ ਸਾਹਿਬ ਸਹੁੰ ਚੁੱਕਣਗੇ ਕੱਲ੍ਹ ਨੂੰ ਅਤੇ ਬਾਕੀ ਤੁਹਾਡਾ ਆਸ਼ੀਰਵਾਦ ਤੁਹਾਡਾ ਪਿਆਰ ਤਾਂ ਪਹਿਲੇ ਹੀ ਨਾਲ ਹੈ, ਉਹਦੇ ਵਾਸਤੇ ਤਾਂ ਕੋਈ ਕੁਛ ਕਹਿਣ ਦੀ ਲੋੜ ਹੀ ਨਹੀਂ। ਤਾਂ ਕਰਕੇ ਨਾ ਕੋਈ ਸਪੀਕਰ ਨਾ ਕੋਈ ਚਾਰ ਘਰਾਂ ਦੇ ਚਿਰਾਗ ਜਿਹੜੇ ਨੇ ਉਹ ਬੁੱਝ ਗਏ ਇੱਕ ਗਲਤੀ ਕਰਕੇ। ਜਿਹੜੀ ਵੈਨ ਹੈ ਉਹ ਅੱਜ ਹੀ ਆਈ ਸੀ ਪਹਿਲੇ ਦਿਨ, ਉਦੋਂ ਪਹਿਲਾਂ ਆਟੋ 'ਤੇ ਜਾਂਦੇ ਸੀ। ਸਿਲੰਡਰ 'ਤੇ ਚੱਲ ਜੂਗਾ ਜੀ ਪਹਿਲੇ ਤਾਂ ਹੈ ਜੀ, ਸਿਲੰਡਰ 'ਤੇ ਚੱਲ ਜੂਗਾ, ਸਿਲੰਡਰ 'ਤੇ ਸੀ ਹਾਂ ਗਲਤ ਹੈ ਅਤੇ 85 ਮਾਡਲ ਬੰਦ ਹੀ ਹੋ ਗਈ। ਇੱਕ ਬੱਚੀ 2.5 ਸਾਲ ਦੀ ਜਿਹੜੀ ਮਰ ਗਈ ਉਹ ਅੱਜ ਪਹਿਲੇ ਦਿਨ ਹੀ ਸਕੂਲ ਗਈ ਸੀ। ਪਰਮਾਤਮਾ ਦਾ ਭਾਣਾ ਅੱਜ ਦਾ ਪ੍ਰੋਗਰਾਮ ਮਿਲਿਆ ਆਪਣੇ ਪਿੰਡ ਦਾ, ਆਪਾਂ ਉਹਨਾਂ ਦੀ ਯਾਦ ਦੇ ਵਿੱਚ ਕੈਂਸਲ ਕਰਦੇ। ਆਪਾਂ ਸਾਰੇ ਖੜ੍ਹੇ ਹੋ ਕੇ 2 ਮਿੰਟ ਲਈ ਮੌਨ, ਠੀਕ ਹੈ ਆ ਜਾਓ ਸਾਰੇ ਖੜ੍ਹੇ ਹੋ ਕੇ ਮੌਨ ਕੋਈ ਜੋ ਵੀ ਅਗਲਾ ਪ੍ਰੋਗਰਾਮ ਪਿੰਡ ਆਉਣ ਦਾ ਲਿਖਿਆ ਮੈਂ ਤੁਹਾਨੂੰ ਦੱਸ ਦੂੰਗਾ। ਠੀਕ ਹੈ ਹਜੇ ਕੱਲ੍ਹ ਨੂੰ ਸਹੁੰ ਚੁੱਕ ਸਮਾਗਮ ਤੁਹਾਨੂੰ ਪਰਸੋਂ ਨੂੰ ਆ ਜਾਊਗਾ, ਉਸ ਤੋਂ ਬਾਅਦ ਹਫ਼ਤੇ 10 ਦਿਨਾਂ ਦੇ ਵਿੱਚ ਫਿਰ ਪ੍ਰੋਗਰਾਮ ਬਣਾ ਕੇ ਭੋਗ ਤੋਂ ਬਾਅਦ ਆਪਾਂ ਪ੍ਰੋਗਰਾਮ ਬਣਾ ਲਾਂਗੇ ਅਤੇ ਫਿਰ ਜ਼ਰੂਰ ਆਪਾਂ ਜੋ ਵੀ ਤੁਹਾਡੇ ਦਿਲ 'ਚ ਕਮਾਨ ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਅੱਜ। ਪਰ ਬਹੁਤ ਵੱਡੀ ਘਟਨਾ ਕਿਉਂਕਿ ਕੱਲ੍ਹ ਨੂੰ ਬੱਚੇ ਆਪਣੇ ਵੀ ਡਰਾਈਵਰ ਜਿਹੜਾ ਉਹ ਭੱਜ ਗਿਆ ਅਸਲ 'ਚ, ਜੇ ਨਾ ਭੱਜਦਾ ਕੋਸ਼ਿਸ਼ ਕਰ ਲੈਂਦਾ ਤਾਂ ਸਾਰਿਆਂ ਨੂੰ ਕੱਢ ਲੈਂਦਾ। ਲੋਕ ਆਏ ਨਾ ਖੇਤਾਂ ਵਾਲੇ ਉਦੋਂ ਤੱਕ 4 ਮੱਚ ਗਏ, 8 ਤਾਂ ਕੱਢ ਲਈ ਸੀ ਪਿਛਲੀ ਸੀਟ ਦੇ ਲੋਕ ਲੱਗਿਆ ਸੀ, ਲੋਕ ਖੋਲਣ ਨੇ ਛੋਟੇ ਬੱਚੇ ਤਿੰਨ ਸਾਲ ਦੇ ਲੋਕ ਲੱਗੇ ਹੋਣਗੇ ਪਹਿਲਾਂ ਸੈਨਿਕ ਬਜ਼ਾਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।